ਇਟਸ ਯੂਅਰ ਬੋਡੀ ਹੋਰੀ ਬਾਬਾ। ਦੋਸਤੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਛੋਟਾ ਵੀਰ ਰਾਮਾ ਰਾਮ ਕੋਟੀਆ। ਤਾਂ ਅੱਜ ਇੱਕ ਨਵਾਂ ਗੀਤ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ। ਤਾਂ ਬਹੁਤ ਸਾਰੇ ਫੌਜੀ ਵੀਰਾਂ ਦਾ ਮੇਰੇ ਕੋਲ ਫੋਨ ਆਇਆ ਸੀਗਾ, ਕਹਿੰਦੇ ਫੌਜੀਆਂ ਵਾਸਤੇ ਕੋਈ ਗੀਤ ਭੇਜੋ ਰਿਕਾਰਡ ਕਰਕੇ। ਤਾਂ ਸੋਰੀ, ਮੈਂ ਮਾਫ਼ੀ ਚਾਹੁੰਦਾ, ਮੇਰੇ ਤੋਂ ਆਪਣੇ ਤੋਂ ਤਾਂ ਗੀਤ ਨਹੀਂ ਲਿਖਿਆ ਗਿਆ, ਪਰ ਇਹ ਗੀਤ ਇੱਕ ਵਟਸਐਪ 'ਤੇ ਮੇਰੇ ਕੋਲ ਵੀਰ ਨੇ ਭੇਜਿਆ, ਸੇਵਕ ਸਿੰਘ ਪੱਟੀ, ਭੜੋਲਿਆਂ ਵਾਲੀ, ਫਤਿਹਾਬਾਦ, ਹਰਿਆਣਾ, ਆਰਮੀ ਪਰਸਨਲ। ਮੇਰਾ ਵੀਰ ਆਪ ਵੀ ਆਰਮੀ ਦੇ ਵਿੱਚ ਨੌਕਰੀ ਕਰ ਰਿਹਾ, ਅਤੇ ਬਹੁਤ ਵਧੀਆ ਲਿਖਿਆ ਵੀਰ ਨੇ, ਇਹ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਖਾਸ ਕਰਕੇ ਫੌਜੀ ਵੀਰਾਂ ਵਾਸਤੇ ਅਤੇ ਦੇਸਾਂ ਵਿਦੇਸਾਂ ਵਿੱਚ ਬੈਠੇ ਸਾਰੇ ਹੀ ਮੇਰੇ ਪੰਜਾਬੀ। ਵੱਧ ਤੋਂ ਵੱਧ ਸ਼ੇਅਰ ਕਰੋ ਵੀਰੇ। ਖੁਜੜੇ ਆਖ ਤੇ ਲੜਾਈ ਲੱਗ ਜਾਵੇ, ਹਰ ਦਿਨ ਦੀ ਨਿਊਜ਼ ਨਵੀਂ ਆਵੇ। ਜਿਹੜੇ ਆਖ ਤੇ ਲੜਾਈ ਲੱਗ ਜਾਵੇ, ਹਰ ਦਿਨ ਦੀ ਨਿਊਜ਼ ਨਵੀਂ ਆਵੇ। ਪੁੱਤ ਜਿੰਨਾ ਦੇ ਨੇ ਫੌਜੀ ਉਹ ਸੋਚਦੇ, ਸੁੱਖ ਸਾਂਦ ਦੀ ਖਬਰ ਰਹਿੰਦੇ ਲੋਚਦੇ। ਪੁੱਤ ਜਿੰਨਾ ਦੇ ਨੇ ਫੌਜੀ ਉਹ ਸੋਚਦੇ, ਸੁੱਖ ਸਾਂਦ ਦੀ ਖਬਰ ਰਹਿਣ ਲੋਚਦੇ। ਦਿਲ ਉਹਨਾਂ ਦਾ ਵੀ ਕਰਦੇ ਜਿਉਣ ਨੂੰ, ਜਿਹੜੇ ਹੁੰਦੇ ਨੇ ਸ਼ਹੀਦ ਬਾਦਰਾਂ ਤੇ ਲੜਦੇ। ਉਹਨਾਂ ਮਾਵਾਂ ਨੂੰ ਵੀ ਜਾ ਕੇ ਕਦੇ ਪੁੱਛਿਓ, ਪੁੱਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ ਹੋਏ। ਉਹਨਾਂ ਮਾਵਾਂ ਨੂੰ ਵੀ ਜਾ ਕੇ ਕਦੇ ਪੁੱਛਿਓ, ਪੁੱਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ। ਦੋ ਮੁਲਕਾਂ ਦੇ ਵਿੱਚ ਫੁੱਟ ਪਾਉਂਦੇ ਨੇ, ਨਾਲੇ ਧਰਮਾਂ ਦੇ ਨਾਂ ਤੇ ਭੜਕਾਉਂਦੇ ਨੇ, ਥਾਂ ਥਾਂ ਉੱਤੇ ਦੰਗੇ ਵੀ ਕਰਾਉਂਦੇ ਨੇ। ਯਾਰ ਇਹੋ ਜਿਹੇ ਬੰਦੇ ਤਾਂ ਜੰਗ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਫਰਕ ਕੋਈ ਪੈਣਾ ਨਹੀਂ। ਬਹੁਤੇ ਉਹਨਾਂ ਦੇ ਨੇ ਕਿਹੜਾ ਬਾਡਰਾਂ ਤੇ ਮਰਦੇ। ਉਹਨਾਂ ਮਾਵਾਂ ਨੂੰ ਵੀ ਜਾ ਕੇ ਕਦੇ ਪੁੱਛਿਓ, ਬਹੁਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ ਹੋਏ। ਉਹਨਾਂ ਮਾਵਾਂ ਨੂੰ ਵੀ ਜਾ ਕੇ ਕਦੇ ਪੁੱਛਿਓ, ਬਹੁਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ। ਘਰ ਉਸ ਦੇ ਹਨੇਰ ਯਾਰੋ ਪੈ ਜਾਵੇ, ਪੁੱਤ ਚੰਦਰੀ ਲੜਾਈ ਜਿਹਦਾ ਲੈ ਜਾਵੇ। ਹਰ ਵੇਲੇ ਅਰਦਾਸਾਂ ਉਹ ਕਰਦੇ, ਬਹੁਤੇ ਉਹਨਾਂ ਦੇ ਹਰ ਵੇਲੇ ਅਰਦਾਸਾਂ ਉਹ ਕਰਦੇ। ਬੁਰਾ ਵਕਤ ਨਾ ਆ ਜੇ ਕਿਸੇ ਘਰ ਦੇ, ਸਾਇਆ ਉੱਠ ਗਿਆ ਜਿੰਨਾ ਸਿਰੋਂ ਬਾਪ ਦਾ, ਫਿਰ ਚਾਚੇ ਤਾਏ ਵੀ ਨੀ ਬਾਹ ਫੜਦੇ। ਉਹਨਾਂ ਮਾਵਾਂ ਨੂੰ ਤਾਂ ਜਾ ਕੇ ਕਦੇ ਪੁੱਛਿਓ, ਪੁੱਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ ਹੋਏ। ਉਹਨਾਂ ਮਾਵਾਂ ਨੂੰ ਵੀ ਜਾ ਕੇ ਕਦੇ ਪੁੱਛਿਓ, ਪੁੱਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ। ਹੁਮਾ ਇੰਡੀਆ ਦੀ ਚਾਹੇ ਪੱਟੀ ਪਾਕਦੀ, ਜੰਗ ਕਰਨੇ ਨੂੰ ਕਦੇ ਨਹੀਂ ਹੋਏ ਆਖਦੀ। ਉਹਨੂੰ ਪਤਾ ਪੁੱਤ ਮਰਨੇ ਨੇ ਮਾਵਾਂ ਦੇ, ਭਾਈ ਮਰਨਗੇ ਭੈਣ ਤੇ ਭਰਾਵਾਂ ਦੇ। ਜਦੋਂ ਲੱਗਦੀ ਖਬਰ ਕਿਤੇ ਜੰਗ ਦੀ, ਫਿਰ ਸੁਣ ਸੁਣ ਮਾਵਾਂ ਦੇ ਕਲੇਜੇ ਸੜਦੇ। ਉਹਨਾਂ ਮਾਵਾਂ ਨੂੰ ਵੀ ਜਾ ਕੇ ਕਦੇ ਪੁੱਛਿਓ, ਪੁੱਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ। ਉਹਨਾਂ ਮਾਵਾਂ ਨੂੰ ਵੀ ਜਾ ਕੇ ਕਦੇ ਪੁੱਛਿਓ, ਪੁੱਤ ਜਿੰਨਾ ਦੇ ਨੇ ਫੌਜ ਚ ਡਿਊਟੀ ਕਰਦੇ। ਤਾਂ ਦੋਸਤੋ, ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤਾਂ ਅਗਲੇ ਗੀਤ ਤੱਕ ਸਤਿ ਸ਼੍ਰੀ ਅਕਾਲ, ਨਮਸਕਾਰ, ਰੱਬ ਰਾਖਾ।